सिद्धू भी देता जी डेट। मेरी फोटो खिंची सी जो मैं शूट कर रहा है। सो मैं सारा एक लाइक लगा वीडियो बना लो पमलेर कोट। ओके ओके ठीक है ठीक है। जिथे सड़कां टुटियां होंदियां ना चुगली कर दर्शकां नूं दस देना चाहुंदे भाजी बड़े मैनिपुलेटेड परमात्मा ने तुहानूं देई जाणे 20 बंदे तुहाडियां लत्तां खिच्ची जाण जो मर्जी करी जाण कुछ नहीं हुंदा। लगदी सिद्धू बाई दी भी उह सारे पंजाब नूं इह सिखा के गया भी आपदे पेरेंट्स दी तुसीं रिस्पैक्ट किवें करनी है। दोस्तों पंजाबी टेशन ते अज इक बहुत कमाल दी ते बहुत खास मुलाकात तुहाडे नाल सांझी करांगे। अज साडे नाल पंजाबी सिनेमे दे एक बहुत खास बाई हन डीओपी ने जिहड़े बहुत कमाल दी कह सकदे कि किसे कहानी नूं कैच करके साडे तक लैके आउंदे ने। ਬਾਈ ਸੈਮ ਮੱਲੀ ਜੀ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ। ਚੜ੍ਹਦੀ ਕਲਾ 'ਚ ਚੜ੍ਹਦੀ ਕਲਾ ਵੀਰੇ ਪੰਜਾਬੀ ਟਸ਼ਨ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਟਾਈਲ ਮੈਨੂੰ ਬਹੁਤ ਕਮਾਲ ਦਾ ਲੱਗਦਾ ਵੀਰੇ ਹੈ ਨਾ ਬਾਲਾਂ ਨਾਲ ਸਟਾਈਲ ਹੈ ਇਹ ਬਾਹਰ ਜਾ ਕੇ ਇੱਦਾਂ ਹੋਇਆ ਜਾਂ ਸ਼ੁਰੂ ਤੋਂ ਇੱਦਾਂ ਸੀਗਾ? ਜੀ ਹੁਣ ਤੁਹਾਨੂੰ ਅਸਲ ਕਹਾਣੀ ਦੱਸਣੀ ਹੋਵੇ ਤਾਂ ਜੀ ਮੇਰੇ ਬਾਲ ਹੋ ਗਏ ਚਿੱਟੇ। ਮੈਂ ਕਿਹਾ ਮੈਂ ਆਪ ਹੀ ਚਿੱਟੇ ਕਰਾ ਦਿੰਦਾ ਜੇ ਕਾਲੇ ਕਰਾਉਂਗੇ ਰੋ ਰੋ ਹੀ ਕਰਨੇ ਪੈਣਗੇ। ਹੁਣ ਇੱਕ ਕੋਈ ਗੱਲ ਨਹੀਂ ਸੋ ਮੈਨੂੰ ਵੀ ਕੋਈ ਦੋ ਇੱਦਾਂ ਦਾ ਟਾਈਮ ਸਰ बड़ा घट लगा वीडियो बना लो करे नाली ना ਉਹ ਕਿੱਥੋਂ ਸਰਾਰਤ ਕਿੱਥੋਂ ਸੁਝੀ ਉਹ। ਅਸੀਂ ਪੰਜਾਬ ਦੇ ਜੰਮੇ ਪਲੇ ਹਾਂ ਜੀ ਇੱਥੋਂ ਗਏ ਹਾਂ ਇੱਥੇ ਸਾਰਾ ਬਚਪਨ ਆਪਣਾ ਹੰਢਾਇਆ ਅਤੇ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਜਿਹੜੀਆਂ ਜੜ੍ਹਾਂ ਜਾਂ ਪੰਜਾਬੀਅਤ ਆਪਣੇ 'ਚ ਵਸੀ ਹੋਈ ਆ। ਸੋ ਨਿੱਕੇ ਹੁੰਦੇ ਪਿੰਡਾਂ ਦੀ ਸਾਡੀ ਜ਼ਿੰਦਗੀ ਰਹੀ ਆ ਅਤੇ ਉਹ ਮਤਲਬ ਜਦੋਂ ਐਂ ਸਾਡੇ ਹੋਕਾ ਦੇ ਕੇ ਕੋਈ ਵੀ ਚੀਜ਼ ਕਿਸੇ ਨੇ ਵੇਚਣੀ ਅਤੇ ਉਹ ਮੈਨੂੰ ਲੱਗਦਾ ਵੀ ਚੀਜ਼ਾਂ ਜਿਹੜੀਆਂ ਤੁਹਾਡੇ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਬੈਠੀਆਂ ਹੁੰਦੀਆਂ ਤੁਹਾਨੂੰ ਕਿਤੋਂ ਕੱਢ ਕੇ ਨਹੀਂ ਲਿਆਉਣੀਆਂ ਪੈਂਦੀਆਂ ਤੁਰੇ ਫਿਰਦਿਆਂ ਸਹਿਸ ਹੋ ਕੇ ਨਿਕਲ ਜਾਂਦੀਆਂ ਨੇ। ਮੈਨੂੰ ਲੱਗਦਾ ਕਿਤੇ ਰਿਲੇਟ ਕਰ ਬਚਪਨ ਹੁੰਦਾ ਉਹ ਸਰਾਰਤ ਹੁੰਦੀ ਆ ਉਹ ਬੰਦੇ 'ਚ ਜਾਂਦੀ ਨਹੀਂ ਹੈਗੀ ਨਾ ਜਦੋਂ ਫਰੀ ਟਾਈਮ ਮਿਲਦਾ ਫਿਰ ਉਹ ਪੜਾ ਜੀ ਬੰਦਾ ਕੱਢ ਲੈਂਦਾ ਵੀ ਨਹੀਂ ਜਾਣੀ ਵੀ ਨਹੀਂ ਚਾਹੀਦੀ। ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦੀ ਤੰਦਰੁਸਤੀ ਦਾ ਰਾਜ ਹੀ ਉਹ ਆ ਤੁਹਾਡੇ ਜਿਹੜਾ ਬਚਪਨ ਦੇ ਵਿੱਚ ਇਹ ਆ ਵੀ ਤੁਹਾਡੀ ਜਿੰਨੀ ਪਿਓਰਿਟੀ ਆ ਤੁਸੀਂ ਮਤਲਬ ਕਿ ਮੈਨੂਪਲੇਟਡ ਨਹੀਂ ਹੈਗੇ ਤੁਹਾਡੀ ਐਨਰਜੀ ਤੁਹਾਡੀ ਸੋਲ ਬੜੀ ਪਿਓਰ ਆ ਤੁਹਾਡੇ ਕੋਈ ਮਤਲਬ ਪਲੂਟਡ ਨਹੀਂ ਹੋਏ ਤੁਸੀਂ ਹਜੇ ਇਸ ਦੁਨੀਆਂ ਦੇ ਵਿੱਚ ਆ ਕੇ ਤੁਸੀਂ ਸੈਂਸਿਸ ਨੇ ਜੋ ਤੁਹਾਡਾ ਦੇਖਿਆ ਉਹਨਾਂ ਪਲੂਟਡ ਨਹੀਂ ਹੋ ਤੁਸੀਂ ਬੜੀ ਐਨਰਜੀ ਪਿਓਰ ਹੁੰਦੀ ਆ। ਸੋ ਜਦੋਂ ਤੁਹਾਡਾ ਬਚਪਨਾ ਮਰ ਜਾਂਦਾ ਵਾ ਤੁਹਾਡੀ ਜ਼ਿੰਦਗੀ ਦੇ ਰੁੱਖ ਬਦਲ ਜਾਂਦੇ ਭਾਅ ਜੀ ਤੁਹਾਡੇ ਥੋਟਸ ਹੋਰ ਹੋ ਜਾਂਦੇ ਆ ਤੁਸੀਂ ਸੋਚਣ ਹੋਰ ਲੱਗ ਜਾਂਦੇ ਹੋ। ਬਚਪਨਾ ਹੀ ਤੁਹਾਡੇ ਹਰ ਇੱਕ ਡਿਸੀਜਨ ਦੇ ਵਿੱਚ ਲੋਕ ਅਕਸਰ ਕਹਿੰਦੇ ਵੀ ਨਹੀਂ ਸਿਆਣਾ ਬਣ ਨਹੀਂ ਕਈ ਵਾਰੀ ਬਚਪਨੇ ਦੇ ਵਿੱਚ ਲਏ ਡਿਸੀਜਨ ਬਚਪਨਾ ਇਹ ਨਹੀਂ ਮਤਲਬ ਕਿ ਤੁਸੀਂ ਮਤਲਬ ਵਿਦਆਊਟ ਕੋਈ ਸੋਚਿਆ ਵੀ ਮਤਲਬ ਕਿ ਕਹਿ ਲਓ ਵੀ ਤੁਸੀਂ ਅੰਧ ਵਿਸ਼ਵਾਸ ਦੇ ਵਿੱਚ ਬਟ ਜੇ ਤੁਸੀਂ ਪਿਓਰ ਐਨਰਜੀ ਜਾਂ ਜਿਹੜੀ ਪਿਓਰ ਇੰਟੈਂਸ਼ਨਸ ਦੇ ਨਾਲ ਬਚਪਨਾ ਦਾ ਮੇਰੀ ਬਚਪਨ ਦੀ ਡੈਫੀਨੇਸ਼ਨ ਹੈ ਵੀ ਜੋ ਤੁਹਾਡੀਆਂ ਇੰਟੈਂਸ਼ਨਸ ਪਿਓਰ ਹੁੰਦੀਆਂ ਉਹ ਜਦੋਂ ਤੁਹਾਡੀਆਂ ਇੰਟੈਂਸ਼ਨਸ ਪਿਓਰ ਹੋਣਗੀਆਂ ਤੁਸੀਂ ਕੋਈ ਵੀ ਡਿਸੀਜਨ ਲਓਗੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੁਸੀਂ ਕਦੀ ਵੀ ਤੁਹਾਨੂੰ ਕੋਈ ਢਾਹ ਨਹੀਂ ਲਾ ਸਕਦਾ ਜੋ ਤੁਹਾਡੀ ਪਰਮਾਤਮਾ ਨੇ ਤੁਹਾਡੀ ਡੈਸਟੀਨੀ ਦੇ ਵਿੱਚ ਲਿਖਤਾ ਪਰਮਾਤਮਾ ਨੇ ਤੁਹਾਨੂੰ ਦੇਈ ਜਾਣੇ 20 ਬੰਦੇ ਤੁਹਾਡੀਆਂ ਲੱਤਾਂ ਖਿੱਚੀ ਜਾਣ ਜੋ ਮਰਜ਼ੀ ਕਰੀ ਜਾਣ ਕੁਛ ਨਹੀਂ ਹੁੰਦਾ। ਬਹੁਤ ਤੁਸੀਂ ਕੰਮ ਦਿੱਤਾ ਇੰਡਸਟਰੀ ਨੂੰ 1000 ਤੋਂ ਵੱਧ ਮਤਲਬ ਮਿਊਜ਼ਿਕ ਵੀਡੀਓ ਹੋ ਗਿਆ ਹੋਣਾ ਹੈ ਨਾ 1000 ਤੋਂ ਵੱਧ ਹੈ ਨਾ ਅਤੇ ਤੁਸੀਂ ਹਰ ਇੱਕ ਬੰਦੇ ਨਾਲ ਕੰਮ ਕੀਤਾ ਹੈ ਨਾ ਸਪੈਸ਼ਲੀ ਅੱਜ ਫਿਲਮ ਦੀ ਗੱਲ ਕਰਾਂਗੇ ਤਾਂ ਤਨੂੰ ਗਰੇਵਾਲ ਹੋਰਾਂ ਨਾਲ ਤੁਸੀਂ ਕੰਮ ਕੀਤਾ ਅਤੇ ਆਪਾਂ ਚੁਗਲੀ ਕਰਦੇ ਉਹਨਾਂ ਦੀ ਮੈਂ ਤਾਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਭਾਜੀ ਬੜੇ ਮੈਨੀਪੁਲੇਟਡ ਨੇ ਜਿਹੜੀ ਮੈਂ ਗੱਲ ਕੀਤੀ ਸਾਡੇ ਗੱਲ ਵਿੱਚ ਬਿੱਟੇ ਨੇ ਤੈਨੂੰ ਗਰੇਵਾਲ ਤੇ ਉਹਨਾਂ ਦਾ ਜਾਣ ਕੇ ਕੁਐਸਚਨ ਪੁੱਛੇ ਹੁਣ ਮੈਂ ਪਰ ਸਹੀ ਦੱਸੂੰਗਾ ਮਤਲਬ ਇਹ ਨਹੀਂ ਵੀ ਫੇਸ ਤੇ ਬਿੱਟੇ ਨੇ ਅੱਜ ਤੇ ਕੋਈ ਉਹਨਾਂ ਦੀ ਉਹ ਆਦਤ ਜਿਹੜੀ ਹਾਲੇ ਤੱਕ ਕਿਸੇ ਨੂੰ ਨਾ ਪਤਾ ਹੋਵੇ ਇਹ ਨਾ ਜੀ ਪਤਾ ਕੀ ਕਰਦੇ ਨੇ ਮੈਂ ਕੀ ਕਹਿੰਦਾ ਹਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਫਿਲਮ ਮੇਕਿੰਗ ਦੇ ਵਿੱਚ ਨਾ ਇੱਕ ਪ੍ਰੋਸੈਸ ਹੈ ਵੀ ਲਾਈਟਿੰਗ ਨੂੰ ਬਹੁਤ ਟਾਈਮ ਲੱਗਦਾ ਵੀ ਜਿਹੜਾ ਡੀਓਪੀ ਨਾ ਸਿਰ ਖਾਂਦਾ ਸਾਰੀ ਪ੍ਰੋਡਕਸ਼ਨ ਦਾ ਬਿੱਲ ਕਿਤੇ ਤਾਂ ਕਿਤੇ ਲੈ ਜਾਂਦਾ ਵੀ ਲਾਈਟਿੰਗ ਕਰਕੇ ਵੀ ਲਾਈਟਿੰਗ ਹੋ ਰਹੀ ਹੈ ਸਰ ਲਾਈਟਿੰਗ ਹੋ ਰਹੀ ਹੈ ਲਾਈਟਿੰਗ ਹੋ ਰਹੀ ਹੈ ਸਾਡੇ ਨਾ ਸੈੱਟ 'ਤੇ ਕੋਈ ਗੱਲ ਹੁੰਦੀ ਮੇਕਅਪ ਹੋ ਰਿਹਾ ਸੱਚੀ ਗੱਲ
ਅਸੀਂ ਲੈਂਡਲਾਈਨ ਰੈਡੀ ਕਰਕੇ ਬੈਠੇ ਰਹੇ ਤੁਹਾਨੂੰ ਸਾਡੀ ਮੇਕਅਪ ਕਰਦੀ ਰਹਿੰਦੀ ਨਾ ਨਾ ਮਜ਼ਾਕ ਕਰਦੇ ਵੀ ਮਜ਼ਾਕ ਕਰਦੇ ਬਟ ਮੇਕਅਪ ਤਾਂ ਬਹੁਤ ਜਲਦੀ ਰੈਡੀ ਹੋ ਲੈਂਦਾ ਮੈਂ ਵੇਖਿਆ ਨੇ ਇਹਨਾਂ ਨੇ ਇੱਕ ਮਿੰਟ ਦੇ ਵਿੱਚ ਇਹਨਾਂ ਨੇ ਰੈਡੀ ਹੋ ਲਿਆ ਆਪਣਾ ਉਹ ਲਾ ਲਿਆ ਇਹਨਾਂ ਦੇ ਮੂਡ ਤੇ ਆ ਜੀ ਜੇ ਤਾਂ ਇਹਨਾਂ ਕੋਲ ਫੰਕਸ਼ਨ ਸਾਰੇ ਪੈਂਪਲੇਟ ਇਹਨਾਂ ਕੋਲ ਨੇ 2 ਮਿੰਟ ਵਾਲਾ 5 ਮਿੰਟ ਵਾਲਾ 10 ਮਿੰਟ ਵਾਲਾ ਘੰਟਿਆਂ ਵਧੀ ਵਾਲਾ ਇਹਨਾਂ ਦੇ ਮੂਡ ਵਾਲਾ ਟਾਈਮ ਹੁੰਦਾ ਹਾਂਜੀ 10 ਮਿੰਟ 'ਚ ਵੀ ਹੋ ਸਕਦਾ ਵੈਸੇ ਪਰ ਉਹ ਫਿਰ ਉਹ ਨਹੀਂ ਪਰ ਫਿਰ ਉਹ ਉੱਦਾਂ ਦਾ ਹੁੰਦਾ ਨਾ ਫਿਰ ਪਤਾ ਵੀ ਲੱਗਦਾ ਵੀ ਉਵੇਂ ਹੀ ਹੈ ਨਾ ਛੇਤੀ ਛੇਤੀ ਕੰਮ ਕੀਤਾ ਬਟ ਜੇ ਵਧੀਆ ਇਹ ਚਾਹੁੰਦੇ ਆ ਨਾ ਕੰਟੀਨਿਊਟੀ ਵਾਲੇ ਲੋਕ ਫਿਰ ਉਹਦੇ 'ਤੇ ਟਾਈਮ ਲੱਗਣਾ ਹੀ ਆ ਇੰਨੇ ਤੁਸੀਂ ਸੋਹਣੇ ਹੋ ਚਾਹੀਦਾ ਵੀ ਜਿੱਦਾਂ ਅਸੀਂ ਉਵੇਂ ਹੀ ਹੈ ਨਾ ਫਿਰ ਉਹ ਚੀਜ਼ ਕਰਨ ਵਾਸਤੇ ਟਾਈਮ ਤਾਂ ਲੱਗਦਾ ਹੀ ਆ ਹੈ ਨਾ ਹਾਂ ਅਤੇ ਮੈਂ ਇਹ ਹੈਰਾਨ ਹਾਂ ਚਲੋ ਮੇਰੇ ਵਰਗਾ ਬੰਦਾ ਆਪਣਾ ਹੈ ਭਾਈ ਸਾਵਲੇ 'ਚ ਰੰਗ ਨੇ ਸਿੱਧੇ ਜਿਹੜਾ ਚਲੋ ਆਪਣਾ ਕਹੀਏ ਰੈਡੀ ਤਿਆਰ ਸ਼ਿਆਰ ਹੋਈਏ ਹਾਂ ਅਤੇ ਇੰਨੀ ਸੋਹਣੀ ਕੁੜੀ ਆ ਫਿਰ ਵੀ ਇੰਨਾ ਤਿਆਰ ਹੋ ਮਤਲਬ ਇਹ ਤੁਸੀਂ ਹੋਰ ਕੀ ਚਾਹੁੰਦੇ ਹੋ ਮੈਨੂੰ ਇੱਦਾਂ ਦੱਸੋ ਮੇਕਅਪ ਕਰਕੇ ਪ੍ਰੈਜੈਂਟੇਬਲ ਲੱਗਣਾ 2-2.5 ਘੰਟੇ ਲੱਗ ਹੀ ਜਾਂਦੇ ਆ ਤੁਹਾਨੂੰ ਮੈਂ ਦੱਸਦਾ ਕੀ ਜਿਵੇਂ ਤੁਸੀਂ ਅੱਜ ਲੌਂਗ ਜੰਪ ਮਾਰਿਆ 10 ਮੀਟਰ ਦਾ ਤੁਸੀਂ ਕੱਲ੍ਹ ਨੂੰ ਕਹਿਣਾ ਮੈਂ 20 ਦਾ ਮਾਰਾਂ ਠੀਕ ਹੈ ਜੀ ਜੇ ਤੁਸੀਂ ਕੋਈ ਵੀ ਜਿਹੜਾ ਇਨਸਾਨ ਕੰਮ ਕਰਦਾ ਵਾ ਸਪਿਰਿਟ ਇਜ਼ ਆਲਵੇਜ਼ ਫੋਰ ਐਕਸਪੈਂਸ਼ਨ ਵੀ ਜੋ ਵੀ ਆਪਾਂ ਕਰਦੇ ਹਾਂ ਆਪਾਂ ਹਮੇਸ਼ਾ ਅਸੀਂ ਮਿਊਜ਼ਿਕ ਵੀਡੀਓ ਕਰਦੇ ਸੀ ਫਿਲਮਾਂ ਕਿਉਂ ਬਣਾਉਣ ਲੱਗ ਗਏ ਲੌਂਗ ਜੰਪ ਵਾਲੀ ਗੱਲ ਆ ਗਈ ਨਾ ਅਸੀਂ 10 ਮੀਟਰ ਵਾਲਾ ਮਾਰੀ ਜਾਂਦੇ 20 ਵਾਲਾ ਮੰਨ ਜਾਂਦੇ ਸੀ ਇਹ ਜਿੰਨੇ ਖੂਬਸੂਰਤ ਨੇ ਉਹ ਤੋਂ ਹੋਰ ਖੂਬਸੂਰਤ ਥੱਲੇ ਲਾਉਣ ਵਾਲੀ ਗੱਲ ਚੰਨ ਨੂੰ ਥੱਲੇ ਨਹੀਂ ਚੰਨ ਨੂੰ 4 ਚੰਦ ਲਾਉਣ ਵਾਲੀ ਗੱਲ ਆਪਣੇ ਆਪ ਨੂੰ ਸੀਰੀਅਸ ਲੈ ਰਿਹਾ ਜਿੱਥੇ ਇੱਦਾਂ ਦੇ ਆਰਟਿਸਟ ਵੀ ਮੈਂ ਦੇਖਿਆ ਕੋਈ ਨਹੀਂ ਹੁੰਦਾ ਯਾਰ ਬਾਈ ਜੀ ਮਾੜਾ ਜਿਹਾ ਕਰ ਦੋ ਮੁੰਡਿਆਂ ਦੀ ਨਹੀਂ ਮੈਂ ਕੁੜੀਆਂ ਵੀ ਦੇਖੀਆਂ ਵੀ ਅਸੀਂ ਕਿਉਂਕਿ ਸਾਡਾ ਕੰਮ ਆ ਵੀ ਜੇ ਹੁਣ ਮਹੀਨੇ ਨੇ ਅਸੀਂ 15 ਵੀਡੀਓਜ਼ ਕਰਦੇ ਹਾਂ ਸਾਡੇ ਕੋਲ ਮਤਲਬ 30 ਨਵੇਂ ਆਰਟਿਸਟ ਆ ਗਏ ਕੁੜੀ ਅਤੇ ਮੁੰਡਾ ਹੈ ਨਾ ਉਹ ਕਈ ਵਾਰੀ ਮਾਡਲਸ ਹੁੰਦੀਆਂ ਵੀ ਤੁਸੀਂ ਮਤਲਬ ਇੰਨਾ ਤੁਸੀਂ ਕੰਮ ਕਰਨ ਆਏ ਹਾਂ ਤੁਸੀਂ ਕਿਸੇ ਪਲੇਟਫਾਰਮ 'ਤੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਰਹੇ ਹੋ ਅਤੇ ਤੁਸੀਂ ਵੀ ਊਂ ਆ ਗਏ ਹੈ ਨਾ ਮਤਲਬ ਵੀ ਤੁਸੀਂ ਇਟ ਮੀਨਸ ਵੀ ਤੁਸੀਂ ਆਪਦੇ ਕੰਮ ਦੀ ਅਤੇ ਆਪਣੇ ਆਪ ਦੀ ਆਪ ਹੀ ਨਹੀਂ ਰਿਸਪੈਕਟ ਕਰ ਰਹੇ ਲੋਕ ਕੀ ਕਰਨਗੇ ਕੋਈ ਵੀ ਨਹੀਂ ਵੀਰੇ ਪ੍ਰੇਸ ਕਰੂਗਾ ਹੈ ਨਾ ਬੇਸਿਕਲੀ ਸੋ ਤੁਹਾਨੂੰ ਵੀ ਇਹ ਚੀਜ਼ ਵਧੀਆ ਵੀ ਆਪਦੇ ਕੰਮ ਨੂੰ ਆਪਣੇ ਆਪ ਨੂੰ ਸੀਰੀਅਸ ਲੈਂਦੀ ਹੈ ਤਾਂ ਕਰਕੇ ਵੀ ਉਹ ਮਤਲਬ ਸਕਸੈਸਫੁਲ ਆ ਵਧੀਆ ਵਧੀਆ ਪ੍ਰੋਜੈਕਟ ਕਰ ਰਹੀ ਹੈ ਵਧੀਆ ਵਧੀਆ ਕੰਮ ਕਰ ਰਹੀ ਹੈ ਦੈਨ ਲਾਈਕ ਸ਼ੀ ਇਜ਼ ਡੂਇੰਗ ਗੁੱਡ ਅਤੇ ਹਰ ਸਾਲ ਬੈਟਰ ਹੀ ਹੋ ਰਿਹਾ ਉਹਦੇ ਲਈ ਕਿਉਂਕਿ ਆਪਦੇ ਕੰਮ ਨਾਲ ਆਪਣੇ ਕੰਮ ਨਾਲ ਓਨੈਸਟ ਹੈ ਅੱਛਾ ਨਾ ਮੈਂ ਇਹ ਪਤਾ ਨਹੀਂ ਕਹਿਣਗੇ ਸਾਡੀਆਂ ਜਾਣ ਕੇ ਤਰੀਫਾਂ ਕਰਦੇ ਮੈਂ ਸੱਚੀ ਕਹੂੰਗਾ ਨਾ ਇਹਨੂੰ ਸਿੱਖਣ ਦਾ ਬਹੁਤ ਸ਼ੌਂਕ ਹੈ ਇਹਨਾਂ ਨੂੰ ਬਈ ਉਹ ਯਾਰ ਮੇਰਾ ਤਿੱਤਲੀਆਂ ਵਰਗੀ ਗੱਲ ਕਰੀ ਨਾ ਤਾਂ ਉਹ 'ਚ ਜੋ ਟਿਪੀਕਲ ਪੰਜਾਬੀ ਇਹਨਾਂ ਨੇ ਬੋਲੀ ਆ ਮਤਲਬ ਸਾਡੇ ਇੱਥੇ ਦੀਆਂ ਕੁੜੀਆਂ ਵੀ ਸ਼ਾਇਦ ਉਹ ਨਾ ਬੋਲ ਪਾਉਂਦੀਆਂ ਬਹੁਤ ਇਹਨਾਂ ਦੀ ਅਸੀਂ ਬਾਅਦ ਦੇ ਵਿੱਚ ਵੀ ਨਾ ਤਾਰੀਫ ਕਰਦੇ ਹਾਂ ਹਾਂ ਤੁਹਾਨੂੰ ਕਈ ਵਾਰੀ ਕਹਿੰਦੀ ਹੁੰਦੀ ਆ ਵੀ ਇਹ ਮੈਨੂੰ ਲੱਗਦਾ ਹੁਣ ਇੱਥੇ ਦੇ ਜਵਾਕ ਵੀ ਕਹਿਣ ਲੱਗ ਗਏ ਮੇਰੀ ਕੀ ਕਿੱਥੇ ਆ ਤੁਹਾਨੂੰ ਤਾਂ ਕਹਿ ਰਹੇ ਕੁੰਜੀਆਂ ਕਿੱਥੇ ਆ ਹੈ ਨਾ ਸੋ ਤੁਹਾਨੂੰ ਦੀ ਪੰਜਾਬੀ ਬਹੁਤ ਵਧੀਆ ਜੀ ਸੋ ਮੈਨੂੰ ਲੱਗਦਾ ਵੀ ਵੀ ਪੰਜਾਬ ਪੜ ਗਿਆ ਹੁਣ ਮੈਂ ਹਾਂਜੀ ਤੁਹਾਨੂੰ ਪੰਜਾਬ ਨੂੰ ਚੰਗਾ ਲੱਗਦਾ ਤੁਹਾਨੂੰ ਹੈ ਨਾ ਜਦੋਂ ਪਹਿਲਾਂ ਆਏ ਸੀ ਨਾ ਤੁਸੀਂ ਪ੍ਰਮੋਸ਼ਨ ਭਾਅ ਜੀ ਹੋ ਗਈ ਫਿਲਮ ਦੀ ਹੈ ਨਾ ਅਤੇ 20 ਦਿਨ ਫਿਰ ਇਹਨਾਂ ਨੇ ਨਾ ਫਰੀ ਟਾਈਮ ਕੱਢਿਆ ਪੰਜਾਬ ਦੇ ਖੇਤਾਂ 'ਚ ਘੁੰਮਦੇ ਫਿਰਦੇ ਤੁਸੀਂ ਨਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਪੰਜਾਬ ਦੀ ਜਿਹੜੀ ਵਾਈਬ ਆ ਇਸ ਪੰਜਾਬ ਮੇਰੇ ਲਈ ਮੇਰਾ ਹੋਮ ਹੀ ਆ ਹੈ ਨਾ ਮੇਰਾ ਬੈਕਗਰਾਊਂਡ ਮੇਰੇ ਪੇਰੈਂਟਸ ਇੱਥੋਂ ਦੇ ਬੋਰਨ ਐਂਡ ਬਰੋਟ ਅਪ ਆ ਸੋ ਬਹੁਤ ਵਧੀਆ ਲੱਗਦਾ ਪਿੰਡ ਜਾ ਕੇ ਸਪੈਸ਼ਲੀ ਚੰਡੀਗੜ੍ਹ ਜਦੋਂ ਚੱਲ ਮੈਂ ਆਉਂਦੀ ਹਾਂ ਅਤੇ ਵਾਪਸ ਚੱਲ ਜਾਂਦੀ ਹਾਂ ਮੈਂ ਥੋੜ੍ਹੀ ਜਿਹੀ ਇਨਕੰਪਲੀਟ ਜਿਹਾ ਫੀਲ ਕਰਦੀ ਹਾਂ ਵੀ ਹਾਏ ਪਿੰਡ ਗੇੜਾ ਨਹੀਂ ਵੱਜਿਆ ਹੈ ਨਾ ਪਰ ਇੱਕ ਵਾਰੀ ਜਦੋਂ ਪਿੰਡ ਜਾਂਦੀ ਹਾਂ ਫਿਰ ਮੈਂ ਬਹੁਤ ਸੈਟਿਸਫੈਕਸ਼ਨ ਫੀਲ ਕਰਦੀ ਹਾਂ ਹੈ ਨਾ ਸੋ ਇਹ ਬਹੁਤ ਵਧੀਆ ਫੀਲ ਹੁੰਦਾ ਆ ਪਿੰਡ ਆਪਾਂ ਦੱਸ ਸਕਦੇ ਹਾਂ ਕਿਹੜਾ ਕਿੱਥੇ ਪੈਣਾ ਲੰਮਾ ਜੱਟਪੁਰਾ ਹਾਂਜੀ ਕਿੱਥੇ ਪੈਂਦਾ ਇਹ ਹੈ ਰਾਏਕੋਟ ਕੋਲ ਹੈ ਹਾਂਜੀ ਵੰਡੀ ਵਾਲੀ ਦੂਰ ਨਹੀਂ ਮਲੇਰਕੋਟਲਾ ਦੇ ਰਾਏਕੋਟ ਤਾਂ ਕੋਲ ਕੋਲ ਹੀ ਹੈ ਆਪਾਂ ਮਲੇਰਕੋਟ ਓਕੇ ਓਕੇ ਠੀਕ ਹੈ ਠੀਕ ਆ ਉਹ ਜਿੱਥੇ ਸੜਕਾਂ ਟੁੱਟੀਆਂ ਹੁੰਦੀਆਂ ਨਾ ਇਹ ਭਾਜੀ ਕੀ ਹੋਇਆ ਨਾ ਜਿੱਥੇ ਸੜਕਾਂ ਟੁੱਟੀਆਂ ਹੁੰਦੀਆਂ ਨਹੀਂ ਉੱਥੋਂ ਜਦੋਂ ਉਹ ਵਾਲਾ ਰਾਹ ਲੈ ਲੈਂਦੇ ਹਾਂ ਨਾ ਬਣ ਗਿਆ ਉਹ ਹੁਣ ਸਹੀ ਹੋ ਗਿਆ ਸਹੀ ਹੋ ਗਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਮੈਂ ਬਹੁਤ ਸਿੱਖ ਫੀਲ ਕਰਦੀ ਹੁੰਦੀ ਸੀ ਉਹ ਵਾਲੇ ਰਾਹ 'ਤੇ ਸੋ ਪਰ ਯਾ ਬਟ ਇਟਸ ਨਾਈਸ ਨਹੀਂ ਹੁਣ ਤੁਸੀਂ ਮਾਰਿਓ ਚੱਕਰ ਹੁਣ ਬਣ ਗਿਆ ਸਾਰਾ ਕੁਝ ਹਾਂ ਚੰਗਾ ਕਰਵਾ ਚਲੋ ਵਧੀਆ ਹੋਇਆ ਵਧੀਆ ਕੰਗ੍ਰੈਚੁਲੇਸ਼ਨ ਥੈਂਕ ਯੂ ਸੋ ਮਚ ਦੇਖੋ ਇਹ ਵਾਰਨ ਵੀ ਦੇਦੀ ਕੁੜੀ ਜੇ ਇੱਕ ਅੱਧੀ ਸੜਕ ਰਹਿੰਦੀ ਹੈ ਤਾਂ ਜਲਦੀ ਜਲਦੀ ਬਣਾ ਲਓ ਇਹਨਾਂ ਨੂੰ ਆਪਾਂ ਪਿੰਡ ਬੁਲਾ ਲਈਏ ਨਹੀਂ ਸੱਚੀ ਵਧੀਆ ਰੋਡਾਂ ਬਣਾਉਣੀਆਂ ਚਾਹੀਦੀਆਂ ਹੈ ਨਾ ਹੁਣ ਤਾਂ ਕਾਫੀ ਬਣ ਗਈਆਂ ਪਹਿਲਾਂ ਤਾਂ ਕਿੰਨਾ ਟਾਈਮ ਜੋ ਅਸੀਂ ਪਹਿਲਾਂ ਆਉਂਦੇ ਹੁੰਦੇ ਸੀਗੇ ਇੰਡੀਆ ਬਹੁਤ ਟਾਈਮ ਲੱਗ ਜਾਂਦਾ ਹੁੰਦਾ ਸੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਾਨਕੇ ਤੋਂ ਦਾਦਕੇ ਹੈ ਨਾ ਨਾਨਕੇ ਤੱਕ ਹਾਂ ਦਾਦਕੇ ਤੱਕ ਹਾਂ ਉੱਥੇ ਕੇ ਪਹੁੰਚਣ ਬਹੁਤ ਟਾਈਮ ਲੱਗ ਜਾਂਦਾ ਸੀ ਹੁਣ ਤਾਂ ਕਹਿ ਦਿੰਦੇ ਆ ਵੀ ਰੋਡਾਂ ਬਣ ਗਈਆਂ ਹੈ ਨਾ ਚਲੋ ਵਧੀਆ ਹੋ ਗਿਆ ਇਟਸ ਗੁੱਡ ਹੁਣ ਤਾਂ ਚੰਡੀਗੜ੍ਹ ਵੀ ਮੈਂ ਕਹਿਣਾ ਸੀ ਪਹਿਲਾਂ ਚੰਡੀਗੜ੍ਹ ਪਹੁੰਚਣ ਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਬਹੁਤ ਟਾਈਮ ਹੁਣ ਤਾਂ
2 2.5 ਘੰਟੇ ਲੱਗਦੇ ਵਧੀਆ ਰੋਡ ਸਿੱਧੀ ਰੋਡ ਜਾਂਦੀ ਹੈ ਨਾ ਹਾਂ ਉੱਥੇ ਜਾ ਕੇ ਨਾ ਜੀ ਜਨ ਇੰਜੋਏ ਕਰਦੇ ਹੋ ਮਤਲਬ ਯਾਦ ਕਰਦੇ ਹੋ ਯਾਰ ਉਹ ਪਿੰਡ ਬੜਾ ਯਾਦ ਹਾਂ ਜੀ ਆਫ ਕੋਰਸ ਕਰਦੀ ਆ ਗਰਮੀ ਵਧੀਆ ਲੱਗਦੀ ਹੈ ਪੰਜਾਬ ਦੀ ਜਾਂ ਠੰਡ ਗਰਮੀ ਤਾਂ ਵੈਸੇ ਬਹੁਤ ਠੰਡ ਵੀ ਬਹੁਤ ਪੈੜੀ ਹੈ ਇਥੋਂ ਦੀ ਠੰਡ ਮੈਂ ਯਾ ਪੈੜੀ ਹੈ ਤਾਂ ਕਿਉਂਕਿ ਠੰਡ ਉਹ ਅੰਦਰ ਵੜ ਜਾਂਦੀ ਹੈ ਤੁਹਾਡੇ ਆਈ ਥਿੰਕ ਹਨਾ ਜਦੋਂ ਤੁਸੀਂ ਆਈ ਡੋਟ ਨੋ ਠੰਡ ਜੇ ਮੈਂ ਸ਼ੂਟ ਕੀਤਾ ਸੀ ਯਾਰ ਮੈਂ ਤਿਤਲੀਆਂ ਵਰਗਾ ਲਾਸਟ 'ਚ ਨਹੀਂ ਯੂ ਬਿਫੋਰ ਦੈਟ ਲਾਸਟ 'ਚ ਯਾ ਉਦੋਂ ਮੈਂ ਠੰਡ ਮਹਿਸੂਸ ਕੀਤੀ ਸੀ ਠੰਡ ਵੀ ਨਹੀਂ ਵਧੀਆ ਬਟ ਗਰਮੀ ਤਾਂ ਉਦੋਂ ਵੀ ਪੈੜੀ ਹੈ ਫਿਰ ਠੰਡ ਠੀਕ ਆ ਠੰਡ ਇਸ ਬਰੇ ਆ ਹਰ ਇੱਕ ਇਨਸਾਨ ਨੂੰ ਰੇਜ਼ ਕਰਨ ਦੀ ਵੀ ਜਿਹੜਾ ਵੀ ਨਾਲ ਜੁੜੇ ਅਪਲਿਫਟ ਹੀ ਹੋਵੇ ਸੋ ਕੁਦਰਤ ਦੇ ਨੇੜੇ ਸੀ ਬਹੁਤ ਵਿਚਾਰ ਉਹਨਾਂ ਦੇ ਸੋ ਉਹ ਜਿਹੜਾ ਮਾਇੰਡ ਸੈਟ ਹੀ ਕੈਰੀ ਕਰ ਰਹੇ ਅਸੀਂ ਵੀ ਜੋ 3-3.5 ਮਹੀਨੇ ਦਾ ਅਸੀਂ ਟਾਈਮ ਬਿਤਾਇਆ ਉਹਨਾਂ ਦੇ ਨਾਲ ਬਹੁਤ ਵਧੀਆ ਲੱਗਿਆ ਅਤੇ ਯਾ ਸੋ ਆਹ ਸਾਡੀ ਇੱਕ ਵੀਡੀਓ ਦਾ ਫਰੇਮ ਆ ਜੀ ਜਿਹੜਾ ਬਹੁਤ ਸੋਹਣਾ ਬਾਈ ਯਾਰ ਨਹੀਂ ਇੱਕ ਵੀਡੀਓ ਦਾ ਫਰੇਮ ਆ ਜੀ ਜਿਹੜਾ ਮੈਂ ਕੈਪਚਰ ਕੀਤਾ ਹੋਇਆ ਨਾ ਸੋ ਅਤੇ ਆਹ ਮੈਂ ਜਦੋਂ ਇਹ ਫਰੇਮ ਕੈਪਚਰ ਕਰ ਰਿਹਾ ਸੀ ਤੇ ਲੱਕੀਲੀ ਕਿਸੇ BTS ਵਾਲੇ ਮੁੰਡੇ ਨੇ ਮੇਰੀ ਫੋਟੋ ਖਿੱਚੀ ਸੀ ਜਦੋਂ ਮੈਂ ਸ਼ੂਟ ਕਰ ਰਿਹਾ ਸੀ ਇਹ ਸੋ ਉਹ ਮੈਂ ਸਾਰਾ ਇੱਕ ਲਾਈਫ ਦੀ ਸਟੋਰੀ ਵਾਂਗੂ ਟੈਟੂ ਹੀ ਬਣਵਾ ਲਿਆ ਜੀ ਪੋਜ਼ਿਟਿਵਿਟੀ ਦੇਣੀ ਮੈਨੂੰ ਲੱਗਦਾ ਵੀ ਲਾਈਫ ਦੇ ਵਿੱਚ ਤੁਸੀਂ ਕੁਛ ਵੀ ਕਰਨਾ ਵੀਰੇ ਤੁਸੀਂ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚੋਂ ਟੈਲੈਂਟ ਨਹੀਂ ਤੁਹਾਡਾ ਮੈਟਰ ਕਰਦਾ ਜਿੰਨਾ ਤੁਹਾਡਾ ਮਾਇੰਡ ਸੈਟ ਮੈਟਰ ਕਰਦਾ ਜੇ ਤੁਹਾਡਾ ਮਾਇੰਡ ਸੈਟ ਸਟਰੋਂਗ ਆ ਤੁਸੀਂ ਗਰੋ ਕਰ ਜੂਗੇ ਜੇ ਤੁਹਾਡਾ ਮਾਇੰਡ ਸੈਟ ਵੀਕ ਆ ਤੁਸੀਂ ਜਿਹੜੇ ਮਰਜ਼ੀ ਟੈਲੈਂਟਡ ਆ ਉਹ ਤੁਸੀਂ ਦੱਬ ਜਾਓਗੇ ਭਾਅ ਜੀ ਸੋ ਉਹ ਇੱਕ ਮਾਇੰਡ ਸੈਟ ਰੱਖਣਾ ਵੀ ਹਾਂ ਵੀ ਮੈਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਪਾਵਰਫੁਲ ਮਸ਼ੀਨ ਆ ਸੋ ਉਹ ਤੁਸੀਂ ਮਤਲਬ ਜੇ ਕਿਸੇ ਤੋਂ ਅਡੈਪਟ ਕਰ ਲਓ ਜਾਂ ਸਿੱਖ ਲਓ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗਦੀ ਸਿੱਧੂ ਬਾਈ ਦੀ ਵੀ ਉਹ ਸਾਰੇ ਪੰਜਾਬ ਨੂੰ ਹੀ ਇਹ ਸਿਖਾ ਕੇ ਗਿਆ ਵੀ ਆਪਦੇ ਪੇਰੈਂਟਸ ਦੀ ਤੁਸੀਂ ਰਿਸਪੈਕਟ ਕਿਵੇਂ ਕਰਨੀ ਹੈ ਮੈਨੂੰ ਇਹ ਜਿਹੜਾ ਕੋਨਸੈਪਟ ਆ ਕੋਈ ਅੱਜ ਤੱਕ ਸਮਝਾ ਹੀ ਨਹੀਂ ਸਕਿਆ ਤੁਸੀਂ ਕਿਸੇ ਨੂੰ ਬਹਿ ਕੇ ਕਾਪੀ 'ਤੇ ਵੀ ਲਿਖ ਕੇ ਸਮਝਾ ਦਿਓ ਵੀ ਇਹ ਕਿਉਂ ਗੁੱਡ ਹੈ ਵੀ ਕੁਝ ਕਰੂਗਾ ਨਹੀਂ ਠੀਕ ਹੈ ਅਤੇ ਉਹ ਬੰਦਾ ਆਪ ਸੈਲੀਬ੍ਰਿਟੀ ਨਹੀਂ ਉਹਦੇ ਪੇਰੈਂਟਸ ਸੈਲੀਬ੍ਰਿਟੀ ਹੈ ਮੈਨੂੰ ਇੱਕ ਐਗਜ਼ਾਮਪਲ ਦਿਓ ਜੇ ਕਿਸੇ ਸੈਲੀਬ੍ਰਿਟੀ ਦੇ ਪੇਰੈਂਟ ਸੈਲੀਬ੍ਰਿਟੀ ਹੈਗੇ ਆ ਜੇ ਦੁਨੀਆਂ 'ਤੇ ਕੋਈ ਮਿਸਾਲ ਹੈ ਨਹੀਂ ਕੁਛ ਤਾਂ ਯੂਨੀਕ ਹੈਗਾ ਨਾ ਤਾਂ ਹੀ ਨਹੀਂ ਮਿਸਾਲ ਹੈਗੀ ਕੋਈ ਹੋਰ ਜੇ ਕੋਈ ਹਰ ਇੱਕ ਕਰਦਾ ਹੁੰਦਾ ਅਤੇ ਉਹ ਕੋਈ ਮਾੜੀ ਚੀਜ਼ ਦਾ ਨਹੀਂ ਸਾਨੂੰ ਸਿਖਾਉਂਦਾ ਸਾਨੂੰ ਇਹ ਕਹਿੰਦਾ ਆਪਦੇ ਮਾਪਿਆਂ ਦੀ ਇੱਜ਼ਤ ਕਰੋ ਸੋ ਜਿਹੜਾ ਬੰਦਾ ਮੈਨੂੰ ਲੱਗਦਾ ਆਪਦੇ ਬੇਸਿਕਸ ਰਾਈਟ ਰੱਖਦਾ ਵੀ ਆਪਦੇ ਪੇਰੈਂਟਸ ਦੀ ਜਿਹੜਾ ਬੰਦਾ ਰਿਸਪੈਕਟ ਨਹੀਂ ਕਰਦਾ ਤੂੰ ਕਿਤੇ ਵੀ ਨਹੀਂ ਜਾ ਸਕਦਾ ਸੋ ਮੈਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਬਾਈ ਅਸੀਂ ਸੁਣਦੇ ਹਾਂ ਅਸੀਂ ਅੱਜ ਤਾਂ ਵੀਡੀਓਜ਼ ਵੇਖੀ ਹੋਣੀਆਂ ਗੋਰੇ ਕਾਲੇ ਫੈਨ ਸੀ ਉਹਨਾਂ ਦੇ ਸੱਚੀ ਇਹ ਤਹਿਲਕਾ ਸੀਗਾ ਉੱਥੇ ਉਹਨਾਂ ਦਾ ਤੁਸੀਂ ਤਾਂ ਇਹ ਚੀਜ਼ਾਂ ਦੇਖੀ ਦੇਖੀ ਨੇ ਅਸੀਂ ਹੁਣ UK ਰਹਿੰਦੇ ਹਾਂ ਉੱਥੇ ਤੁਸੀਂ ਕਿਸੇ ਗੋਰੇ ਕੋਲੇ ਕਾਲੇ ਕੋਲੇ ਨਾਂ ਲੈ ਲਓ ਸਿੱਧੂ ਬਾਈ ਦੇ ਸਾਰੇ ਜਾਣਦੇ ਨੇ ਵੀਰੇ ਹੁਣ ਇਹ ਉੱਤੇ ਤਾਂ ਮਤਲਬ ਕਿ ਗੋਰਿਆਂ ਨੂੰ ਗਾਣੇ ਸੱਚੀ ਮੈਂ ਆਪ ਦੇਖੇ ਹੋਏ ਆ ਜਿਹੜੇ ਬੰਦੇ ਗਾਣੇ ਗਾਉਂਦੇ ਨੇ ਮਤਲਬ ਪੰਜਾਬੀ ਗਾਣੇ ਉਹਨਾਂ ਨੂੰ ਯਾਦ ਨੇ ਜੇ ਮਤਲਬ ਏਡੇ ਫੈਨ ਨਾ ਹੋਣ ਮਤਲਬ ਹੁਣ ਸਟੈਫ ਲੰਡਨ ਆਈ ਆ ਜਾਂ ਮਤਲਬ ਹੋਰ ਜਿਹੜਾ ਟਿਓਨ ਵਿਨ ਆਇਆ ਵਾ ਉਹ UK ਦੇ ਮੇਨ ਸਟ੍ਰੀਮ ਬੰਦੇ ਆ ਜਿਹੜੇ ਅਮੈਰੀਕਾ ਤੱਕ ਚੱਲਦੇ ਨੇ ਉਹਨਾਂ ਨੂੰ ਕਿਹਾ ਭੱਜੜ ਪੈ ਗਈ ਵੀ ਅਸੀਂ ਜਾ ਕੇ ਸਿੱਧੂ ਦੀ ਹਵੇਲੀ 'ਚ ਜਾ ਕੇ ਸ਼ੂਟ ਕਰੀਏ ਕੀ ਉਹ ਹਿੱਟ ਹੋਣ ਆ ਗਏ ਇੱਥੇ ਉਹ ਹਿੱਟ ਹੋਣ ਆ ਗਏ ਜਾਂ ਮਤਲਬ ਉਹ ਕੋਈ ਆਪਦੀ TRP ਲੈਣ ਥੋੜ੍ਹੋ ਆਏ ਨੇ ਉਹਨਾਂ ਦੀ ਤਾਂ ਆਲਰੇਡੀ ਮਤਲਬ ਚੜ੍ਹਾਈ ਹੈ ਸੋ ਉਹਨਾਂ ਦੀ ਕਿਉਂ ਉਹ ਬੰਦਾ ਜਿਹਦੇ ਨਾਲ ਉੱਠ ਕੇ ਬੈਠ ਗਿਆ ਉਹਦੇ ਗੀਤਾਂ ਵਾਂਗੂ ਮਤਲਬ ਬੰਦਾ ਉਹਦੇ ਜੋਗਾ ਹੋ ਕੇ ਰਹਿ ਜਾਂਦਾ ਬਾਈ ਤੁਸੀਂ ਮੇਰਾ ਇੰਸਟਾਗ੍ਰਾਮ ਕੱਢ ਕੇ ਦੇਖ ਲਿਓ ਮੇਰੀ ਕਿਸੇ ਆਰਟਿਸਟ ਦੇ ਨਾਲ ਮੇਰੇ ਇੰਸਟਾਗ੍ਰਾਮ 'ਤੇ ਫੋਟੋ ਨਹੀਂ ਸੁੱਖ ਭਾਜੀ ਤੋਂ ਇਲਾਵਾ ਇੱਕ ਦੋ ਹੋਰ ਆਰਟਿਸਟ ਮੈਨੂੰ ਐਂ ਲੱਗਦਾ ਵੀ ਉਹ ਮੇਰੀ ਆਪਦੀ ਪਰਸਨਲ ਸਪੇਸ ਹੈ ਵੀ ਜੋ ਕੋਈ ਮੇਰੇ ਦਿਲ ਦੇ ਕਰੀਬ ਹੋਊਗਾ ਮੈਨੂੰ ਉੱਥੇ ਥਾਂ ਦਊਂਗਾ ਠੀਕ ਹੈ ਅਤੇ ਜੇ ਮੈਨੂੰ ਕੁਛ ਚੰਗਾ ਲੱਗਿਆ ਤਾਂ ਮੈਂ ਉਹਨੂੰ ਬਾਈ ਦੀ ਬਾਂਹ 'ਤੇ ਬਣਾਈ ਫਿਰਦਾ ਬਹੁਤ ਸਾਰੇ ਤੁਸੀਂ ਸਿੱਧੂ ਬਾਈ ਨਾਲ ਵੀ ਕੰਮ ਕੀਤਾ ਕਰਨ ਬਾਈ ਨਾਲ ਵੀ ਕੰਮ ਕੀਤਾ ਹਨਾ ਮੈਨੂੰ ਇਹ ਲੱਗਦਾ ਵੀ ਕਈ ਲੋਕਾਂ ਨੇ ਇਹ ਹੋਊਆ ਬਣਾਤਾ ਵੀ ਯਾਰ ਉਹ ਆਪਸ ਵਿੱਚ ਇੱਦਾਂ ਨੇ ਪਰ ਮੈਨੂੰ ਤਾਂ ਲੱਗਦਾ ਉਹਨਾਂ ਦਾ ਬਹੁਤ ਵਧੀਆ ਆਪਸ ਵਿੱਚ ਗੱਲਬਾਤ ਚਾਹੇ ਘੱਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਪਰ ਕੋਈ ਖਾਰ ਨਹੀਂ ਸੀ ਉਹਨਾਂ ਦੇ ਦਿਲਾਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀਰੇ ਕੁਛ ਨਹੀਂ ਸੀ ਇਹੋ ਜਿਹਾ ਕੁਛ ਵੀ ਨਹੀਂ ਸੀ ਜਿੰਨੀਆਂ ਕੁ ਗੱਲਾਂ ਬਾਤਾਂ ਆਪਣੀਆਂ ਹੋਈਆਂ ਜਾਂ ਦੱਸਿਆ ਵੀ ਕੁਛ ਕੁਛ ਹੈ ਨਹੀਂ ਸੀ ਇਹੋ ਜਿਹਾ ਮਤਲਬ ਕਿ ਕਈ ਵਾਰੀ ਹੋ ਜਾਂਦਾ ਵੀ ਤੁਹਾਡੇ ਕੰਮ ਕਰਦੇ ਆ ਮਤਲਬ ਕਿ
ਮੈਨੂੰ ਲੱਗਦਾ ਵੀ ਆਪਣੀ ਲਾਈਨ ਇਦਾਂ ਦੀ ਹੈ ਵੀ ਕਿਸੇ ਨੇ ਕੁਛ ਕਹਿਤਾ ਕਿਸੇ ਨੇ ਕੁਛ ਕਹਿਤਾ, ਗੱਲ ਜੇ 1% ਹੋਵੇ ਤੇ 99% ਐਵੇਂ ਲੋਕ ਕੋਲੋਂ ਹੀ ਬਣਾ ਬਣੂ ਲੈਂਦੇ ਨੇ ਉਹ ਕੋਈ ਗੱਲਾਂ ਦਾ ਵਜੂਦ ਹੁੰਦਾ ਕੋਈ ਨਹੀਂ ਹੁੰਦਾ, ਮਤਲਬ ਕੋਈ ਸੱਚ ਕੋਈ ਇੱਦਾਂ ਦੀ ਗੱਲ। ਮੈਂ ਤਾਂ ਦੇਖੋ ਜੀ, ਮੈਂ ਵੀ ਸਿੱਧੂ ਮੂਸੇਵਾਲਾ ਜਦੋਂ ਬਣ ਗਿਆ ਮੈਂ ਉਹਦੀ ਲਾਈਫ ਦੇ ਵਿੱਚ ਫਿਰ ਐਂਟਰ ਹੋਇਆ ਨਾ, ਮੇਰੀ ਤੱਕ 3 ਮਹੀਨੇ, ਮੈਂ ਉਹਨਾਂ ਦੀ ਫਿਲਮ ਦੀ ਜ਼ਿੰਦਗੀ ਦੀ ਫਿਲਮ ਦੇ ਵਿੱਚ ਮੇਰਾ 3 ਮਹੀਨੇ ਦਾ ਹਿੱਸਾ ਨਾ, ਉਹਨਾਂ ਦੀ ਲਾਈਫ 26-27 ਸਾਲ 28 ਸਾਲ ਦੀ ਹੈ, 3 ਮਹੀਨਿਆਂ ਦੇ ਵਿੱਚ ਇਹ ਸੱਚ ਮੇਰੇ ਨਾਲ ਕੋਈ ਪਰਸਨਲ ਗੱਲ ਨਹੀਂ ਕੀਤੀ ਉਹਨਾਂ ਨੇ ਇਹੋ ਜਿਹੀ, ਜਾਂ ਮਤਲਬ ਕਿਸੇ ਗਰੁੱਪ ਦੇ ਵਿੱਚ ਬੈਠੇ ਨਾ ਸੀ ਕੋਈ ਗੱਲ ਸੁਣੀ ਹੋਵੇ, ਕੋਈ ਗੱਲ ਚੱਲੀ ਹੋਵੇ ਤੇ ਫਿਰ ਮੈਂ ਉਸ ਚੀਜ਼ 'ਤੇ ਕਮੈਂਟ ਕਰ ਸਕਦਾ ਰਿਐਲਿਟੀ 'ਚ, ਹੈ ਨਾ। ਮੈਂ ਵੀ ਹੁਣ ਇੱਕ ਖਿਆਲੀ ਪਲਾ ਜੇ ਮੈਂ ਕਹਿ ਵੀ ਰਿਹਾ ਨਹੀਂ ਆ, ਉਹ ਮੈਂ ਇਸ ਬੇਸਿਸ 'ਤੇ ਕਹਿ ਰਿਹਾ ਕਰਕੇ ਮੇਰੇ ਮੂਹਰੇ ਕਦੀ ਕੋਈ ਗੱਲ ਹੀ ਨਹੀਂ ਹੋਈ। ਤੁਸੀਂ ਮੇਰੀ ਗੱਲ ਸਮਝਦੇ ਆ ਵੀ ਮੈਂ ਵੀ ਉਹ ਖਿਆਲੀ ਦੁਨੀਆ ਰ ਗਈ ਆ, ਜਾਂ ਤਾਂ ਮੈਂ ਸੱਚ ਮੇਰੇ ਕੋਈ ਟੇਬਲ ਤੇ ਬਹਿ ਕੇ ਡਿਸਕਸ਼ਨ ਹੋਏ ਭਾਈ ਐ ਨਹੀਂ ਆ, ਹਾਂ ਮੇਰੇ ਮੂਹਰੇ ਕਦੀ ਕੋਈ ਗੱਲ ਨਹੀਂ ਹੋਈ, ਸੋ ਮੇਰੇ ਲਈ ਤਾਂ ਕੋਈ ਗੱਲ ਨਹੀਂ ਹੈਗੀ। ਸੋ ਨਾ ਉਹਦੇ ਨਾਲ ਬੰਦੇ ਨਾਲ ਜਿੰਨੀ ਵਾਰੀ ਬੈਠੇ ਉਹਨੇ ਪੋਜ਼ਿਟਿਵ ਹੀ ਗੱਲ ਕੀਤੀ, ਉਹਨੇ ਕਿਸੇ ਦੀ ਨੈਗੇਟਿਵ ਕੀਤੀ ਨਹੀਂ, ਨਾ ਕਦੀ ਕਿਸੇ ਦੀ ਬੁਰਾਈ ਕੀਤੀ। ਸੋ ਸਮਾਂ ਇਜਾਜ਼ਤ ਨਹੀਂ ਦਾ, ਬਹੁਤ ਮੈਂ ਗੱਲਾਂ ਕਰਨੀਆਂ ਸੀ, ਹੈ ਨਾ, ਅਤੇ ਮੈਨੂੰ ਥੋੜ੍ਹਾ ਤੁਹਾਡਾ ਸੁਭਾਅ ਮੈਨੂੰ ਬਹੁਤ ਘੈਂਟ ਲੱਗਿਆ ਬਾਈ, ਸੱਚੀ ਕਹਿਣਾ ਨੈਚੁਰਲ ਚੀਜ਼ ਲੱਗੀ ਮੈਨੂੰ ਤੁਹਾਡੇ ਤੋਂ, ਹੈ ਨਾ, ਤੇ ਬਹੁਤ ਤੇ ਅਸੀਂ ਕਹਿੰਦੇ ਦਿੱਲੀ ਦੁਆਵਾਂ ਕਰਦੇ ਹਾਂ ਨੈਚੁਰਲ ਰਵੇ, ਉਹਨਾਂ ਨੈਚੁਰਲ ਤੇ ਨੇਚਰ ਦੋਵੇਂ ਲਾਗੇ ਲੱਗੇ ਨੇ, ਤੇ ਨਹੀਂ ਕੋਲ ਕੋਲ ਨੇ, ਨੈਚੁਰਲ ਰਹੋ ਤੇ ਨੇਚਰ ਦੇ ਕੋਲ ਰਹੋ, ਜਿੰਨਾ ਤੁਸੀਂ ਨੇਚਰ ਦੇ ਕੋਲ ਰਹਿੰਦੇ ਹੋ ਤੁਸੀਂ ਵੱਧਦੇ ਫੁੱਲਦੇ ਹੋ। ਇਹ ਕਹਿ ਦੇਣਾ ਕਿ ਅਸੀਂ ਚੱਲ ਕਿਤੇ ਹੀ ਭਾਗੇ ਪਰ ਪਿੰਡ ਨਹੀਂ ਸਾਡੇ ਚੋ ਗਿਆ, ਅਸੀਂ ਨਹੀਂ ਜਾਂਦਾ ਹੈ ਨਾ, ਜਦੋਂ ਤੁਹਾਨੂੰ ਹੋਰਾਂ ਨਾਲ ਹੀ ਗੱਲ ਕਰਦੇ ਜੀ, ਜਿੰਨੇ ਮਰਜ਼ੀ ਕੱਕੇ ਭੂਰੇ ਵਾਲ ਕਰਾ ਲਈਏ ਜੀ, ਜਿੰਨੀਆਂ ਮਰਜ਼ੀ ਜੋ ਮਰਜ਼ੀ ਕਰ ਲਈਏ ਜੀ, ਅਸੀਂ ਸਾਡੇ ਚੋਂ ਜਿਹੜਾ ਦੇਸੀਪਨ ਹੈ ਜਾਂ ਸਾਡਾ ਜਿਹੜਾ ਪੰਜਾਬ ਹੈ ਉਹ ਸਾਡੇ 'ਚੋਂ ਕੋਈ ਕੱਢ ਨਹੀਂ ਸਕਦਾ, ਅਸੀਂ ਗੋਰਿਆਂ ਕਾਲਿਆਂ ਨਾਲ ਬਹਿੰਦੇ ਹਾਂ ਜਾਂ ਜਿੱਥੇ ਬਹਿੰਦੇ ਹਾਂ। ਮੈਂ ਤੁਹਾਨੂੰ ਐਵੇਂ ਦੱਸਾਂ, ਮੇਰਾ ਬੇਟਾ 5 ਸਾਲ ਦਾ, ਠੀਕ ਹੈ ਜੀ, ਮਤਲਬ ਜਦੋਂ ਹੋਇਆ ਹੁਣ ਤੋਂ ਲੈ ਕੇ ਮੇਰੀ ਇਹ ਸੀ ਵੀ ਇਹ ਪੰਜਾਬੀ ਹੀ ਬੋਲੇ, ਉੱਧਰਲਾ ਜੰਪਲ ਹੈ ਜੀ, ਠੀਕ ਹੈ ਜੀ। ਅਤੇ ਇੱਕ ਵਾਰੀ ਨਾ ਮੈਂ ਤੁਹਾਨੂੰ ਫਨੀ ਗੱਲ ਦੱਸਦਾ, ਸੋਰੀ ਆਪਾਂ ਛੇਤੀ ਕੱਟਦੇ ਹਾਂ, ਅਤੇ ਉਹ ਨਾ ਸਵਿਮਿੰਗ ਜਾਂਦਾ ਹੁੰਦਾ ਸੀਗਾ, ਸੋ ਉਹ 3 ਸਾਲ ਜਦੋਂ ਘਰੇ ਰਿਹਾ, ਸਕੂਲ ਹਜੇ ਜਾਣ ਨਹੀਂ ਲੱਗਿਆ, ਉਹਨੂੰ ਪੰਜਾਬੀ ਕਾਰਟੂਨ ਦਿਖਾਉਣੇ ਘਰੇ, ਪੰਜਾਬੀ ਬੋਲਣੀ ਸਾਰਾ ਕੁਛ, ਹੈ ਨਾ, ਉਹ ਜੇ ਸਕੂਲ ਨਹੀਂ ਜਾ ਲੱਗੇ, ਸਵਿਮਿੰਗ ਕਲਾਸਾਂ 'ਤੇ ਲੈਣ ਲੱਗ ਗਏ, ਅਤੇ ਉਹ ਜਦੋਂ ਸਵਿਮਿੰਗ ਜਾਂਦੇ ਬੱਚੇ ਨਾ, ਉੱਥੇ ਸਾਡੇ ਉਹ ਟੀਚਰ ਉਹਨਾਂ ਦੇ ਲੈ ਜਾਂਦੇ, ਅਤੇ ਪੇਰੈਂਟਸ ਇੱਦਾਂ ਸ਼ੀਸ਼ਾ ਜਿਹਾ ਲਾ ਜਾਂਦੇ, ਸਿਰਫ ਦੇਖਦੇ ਹੀ ਆ, ਉਹ ਗੋਰੀ ਉਹਨਾਂ ਨੂੰ ਕੁਛ ਸਮਝਾਵੇ, ਹੈ ਨਾ, ਉੱਥੇ ਰੋਈ ਜਾਵੇ, ਉਹਨੂੰ ਰੋਈ ਜਾਵੇ, ਉਹ ਭੱਜਾ ਭੱਜਾ ਮੇਰੇ ਕੋਲ ਆਇਆ, ਮੈਂ ਕਿਹਾ ਵੀ ਕੀ ਗੱਲ ਹੋ ਗਈ, ਉਹ ਕਹਿੰਦਾ ਮੈਨੂੰ ਸਮਝ ਨਹੀਂ ਲੱਗਦੀ ਉਹ ਕੀ ਬੋਲੀ ਜਾਂਦੀ ਹੈ, ਮੈਂ ਕਿਹਾ ਪੁੱਤ ਤੂੰ ਕਾਮਯਾਬ ਹੈ, ਪਿਓਰ ਪੰਜਾਬੀ ਜਾ ਕੇ ਮੈਨੂੰ ਕਿਹਾ, ਕਹਿੰਦਾ ਡੈਡੀ ਮੈਨੂੰ ਸਮਝ ਨਹੀਂ ਲੱਗੀ ਜਾਂਦੀ ਕੀ ਬੋਲੀ ਜਾਂਦੀ ਉਹ ਕਿਹੜੀ ਲੈਂਗੁਏਜ ਬੋਲਦੀ, ਕਹਿੰਦਾ ਮੈਂ ਕਿਹਾ ਤੂੰ ਕਾਮਯਾਬ ਆ, ਕੋਈ ਚੱਕਰ ਨਹੀਂ ਤੇਰਾ, ਤੁਸੀਂ ਪੰਜਾਬੀ ਸਾਡੂ ਜਿਉਂਦਾ ਰੱਖਿਆ। ਸੋ ਦਿੱਲੀ ਦੁਆਵਾਂ ਕਰਦੇ ਹਾਂ ਕਿ ਫਿਲਮ ਸੁਪਰ ਡੁਪਰ ਹਿੱਟ ਹੋਏ, ਫਿਰ ਸਾਨੂੰ ਮਿਲਦੇ ਗਿਲਦੇ ਰਿਹਾ ਕਰੋ ਬਾਈ, ਜਦੋਂ ਪੰਜਾਬ ਚੱਕਰ ਲੱਗਦਾ ਵੈਸੇ ਹੀ ਮਿਲਣਾ ਜਾ ਕਰੋ, ਕੋਈ ਚੱਕਰ ਅਸੀਂ ਆਉਂਦੇ ਰਹਿੰਦੇ ਹਾਂ, ਮੈਨੂੰ ਲੱਗਦਾ ਪਹਿਲੀ ਵਾਰੀ ਆਏ ਇਸ ਮਾਹੌਲ ਦੇ ਵਿੱਚ, ਤਾਂ ਤੁਹਾਨੂੰ ਲੱਗਿਆ ਵੀ ਅਸੀਂ ਪਹਿਲੀ ਵਾਰੀ ਆਏ ਹਾਂ, ਚਲੋ ਅਸੀਂ ਆਉਂਦੇ ਜਾਂਦੇ ਰਹੀਦਾ, ਕੋਈ ਚੱਕਰ ਨਹੀਂ। ਮਹਾਰਾਜ ਫਿਲਮ ਨੂੰ ਰੰਗ ਭਾਗ ਲਾਵੇ, ਸਾਰੇ ਜਿਹੜਾ ਵੀ ਇਨਸਾਨ ਇਹਦੇ ਨਾਲ ਜੁੜਿਆ ਵਾ, ਮਤਲਬ ਉਹ ਉੱਪਰ ਨੂੰ ਹੀ ਲਿਫਟ ਹੋਵੇ, ਠੀਕ ਹੈ, ਤੁਸੀਂ ਸਾਡੀ ਇੰਟਰਵਿਊ ਕਰ ਰਹੇ ਹੋ, ਤੁਹਾਡਾ ਚੈਨਲ ਲਿਫਟ ਹੋਵੇ, ਜਿਹੜਾ ਵੀ ਇਸ ਮੁੰਡਾ ਸਾਊਥ ਦਲ ਦੇ ਨਾਲ ਜੁੜਿਆ ਸਾਰੇ ਲਿਫਟ ਹੋਈਏ, ਤੇ ਆਪਾਂ ਮਿਲਦੇ ਗਿਲਦੇ ਰਹਾਂਗੇ, ਇੱਥੇ ਨਜ਼ਰਾਂ ਦੇ ਵਿੱਚ ਹੀ ਰਹਾਂਗੇ ਜੀ ਸਾਰਿਆਂ ਦੇ। ਥੈਂਕ ਯੂ ਸੋ ਮਚ, ਥੈਂਕ ਯੂ।